ਕਰਮ ਵਾਲੀ ਗੱਲ ਕੋਈ ਹੋ ਸਕਦੀ ਹੈ ਵੀ ਜੋ ਚਾਹੇ ਪੁਲਿਸ ਬੁਲਵਾ ਸਕਦੀ ਹੈ ਬੰਦੇ ਤੋਂ? ਹਾਏ 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 ਹਾਏ, ਅਸੀਂ ਸਾਹਿਬਜ਼ਾਦਿਆਂ ਤੋਂ ਬੁਲਵਾ ਲਿਆ ਸੀ ਓਏ ਹੋਏ ਮਰਜ਼ੀ ਨਾਲ। ਕੀ ਬਾਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਤੁਹਾਡਾ ਲਖਵਿੰਦਰ ਸਿੰਘ। ਸੋ ਅੱਜ ਜਿਹੜੀ ਅਸੀਂ ਵੀਡੀਓ ਲੈ ਕੇ ਆਏ ਹਾਂ ਉਹ ਵੀਡੀਓ ਹੈ ਸਿੱਖ ਕੌਮ ਦੇ ਮਹਾਨ ਜਿਹੜੇ ਪ੍ਰਚਾਰਕ, ਕ੍ਰਾਂਤੀਕਾਰੀ ਪ੍ਰਚਾਰਕ ਜਿਹਨਾਂ ਨੂੰ ਕਹਿ ਸਕਦੇ ਹਾਂ, ਉਹ ਹੈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਜਿਨ੍ਹਾਂ ਨੂੰ ਸਮਾਜ ਦੀ ਇੱਕ ਬਹੁਤ ਕਹਿ ਲਈਏ ਅੱਗੇ ਵਧਣ ਦੀ ਦੇਣ ਹੈ। ਅਤੇ ਉਹਨਾਂ ਦੀ ਵੀਡੀਓ ਆਈ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਵੀਡੀਓ ਤੋਂ ਬਾਅਦ, ਅਤੇ ਕਿਹੋ ਜਿਹੀ ਵੀਡੀਓ ਹੋਣਾ ਕਰਦੀ ਆ ਉਹ ਦੇਖਣਾ ਕਰਦੇ ਹਾਂ, ਅਤੇ ਨਾਲ ਦੀ ਨਾਲ ਉਸ ਵੀਡੀਓ 'ਤੇ ਰਿਐਕਸ਼ਨ ਕਰਦੇ ਹਾਂ। ਭਾਈ ਸਾਹਿਬ ਜੀ ਦੇ ਕੀ ਵਿਚਾਰ ਹੈ, ਆਓ ਭਾਈ ਸਾਹਿਬ ਜੀ ਦੇ ਵਿਚਾਰ ਨੂੰ ਸੁਣਨਾ ਕਰੀਏ, ਅਤੇ ਨਾਲ ਦੀ ਨਾਲ ਜ਼ਰੂਰ ਜਿੱਥੋਂ ਕੁਝ ਸਿੱਖਣ ਨੂੰ ਮਿਲੇ ਉਹ ਜ਼ਰੂਰ ਸਿੱਖਿਆ ਕਰੋ, ਅਤੇ ਕਿਹੋ ਜਿਹੀਆਂ ਗੱਲਾਂ ਕਰਦੇ ਨੇ ਆਓ ਵੀਡੀਓ ਨੂੰ ਦੇਖਣਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਅਤੇ ਨਵੀਂ ਸਵੇਰ ਦਾ ਨਵਾਂ ਸੁਨੇਹਾ, ਕਾਇਮ ਰਹਿਣਾ ਹੈ ਆਪਾਂ ਚੜ੍ਹਦੀ ਕਲਾ 'ਚ, ਰਹਿਣਾ ਹੈ ਖੁਸ਼, ਰਹਿਣਾ ਹੈ ਮਸਤ, ਰਹਿਣਾ ਹੈ ਖਿੜੇ ਖਿੜੇ, ਰਹਿਣਾ ਹੈ। ਮੈਂ ਗੱਲ ਲੱਗਿਆਂ ਕਰਨ, ਵੀਡੀਓ ਲਾਈਕ ਐਂਡ ਸ਼ੇਅਰ ਨਾਲ ਨਾਲ ਕਰਦੇ ਰਿਹਾ ਕਰੋ ਤਾਂ ਜੋ ਸਾਰਿਆਂ 'ਚ ਪਹੁੰਚੇ। ਬਿਲਕੁਲ। ਅੱਜ ਕੱਲ੍ਹ ਅੰਮ੍ਰਿਤਪਾਲ ਸਿੰਘ ਦਾ ਮਸਲਾ ਚੱਲ ਰਿਹਾ, ਉਹਦਾ ਭੱਜ ਜਾਣਾ। ਪਰਸੋਂ ਇੱਕ ਵੀਡੀਓ ਆਈ ਜਿਸ ਵਿੱਚ ਉਹ ਕਹਿੰਦਾ ਕਿ ਮੈਂ ਗ੍ਰਿਫਤਾਰੀ ਦੇਣੀ ਚਾਹੁੰਦਾ ਸੀ ਪਰ ਮੈਨੂੰ ਘੇਰਾ ਪਾ ਲਿਆ, ਇਸ ਕਰਕੇ ਮੈਂ ਭੱਜ ਗਿਆ। ਕਈ ਕੁਝ ਆਪਣੇ ਸਾਹਮਣੇ ਆ ਰਿਹਾ ਤਾਂ ਆਲੇ ਦੁਆਲੇ ਕੀ ਹੋ ਰਿਹਾ ਹੈ ਚੈਪਟਰ ਤਾਂ ਬਾਅਦ 'ਚ ਆਪਾਂ ਡਿਸਕਸ ਕਰਾਂਗੇ। ਮੈਂ ਸਪੈਸ਼ਲ ਵੀਡੀਓ ਬਣਾਊਂਗਾ, ਮੈਂ ਨਵੀਂ ਸਵੇਰ ਦੇ ਨਵੇਂ ਸੁਨੇਹੇ ਵਿੱਚ ਇਸ ਟੌਪਿਕ 'ਤੇ ਬਹੁਤਾ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਇੱਕ ਵੱਖਰਾ ਮਾਹੌਲ ਹੁੰਦਾ। ਅਸੀਂ ਕਾਇਮ ਰਹਿਣ ਦੀ ਗੱਲ ਕਰ ਰਹੇ ਹਾਂ, ਸਹੀ ਗੱਲ, ਪਰ ਇੱਕ ਜੋ ਸਵਾਲ ਮੇਰੇ ਸਾਹਮਣੇ ਦੋ ਚਾਰ ਵਾਰੀ ਲਗਾਤਾਰ ਆਇਆ, ਮੈਂ ਮਿਲਿਆ ਬਹੁਤੇ ਬੰਦੇ ਸਾਡੇ ਇਹ ਕਹਿੰਦੇ ਨੇ ਕਿ ਭਾਈ ਸਾਹਿਬ ਲੋਕ ਸਮਝਦੇ ਕਿਉਂ ਨਹੀਂ, ਕਈ ਲੋਕ ਕਮਲਿਆਂ ਵਾਂਗੂ ਫਿਰ ਵੀ ਪਿੱਛੇ ਕਿਉਂ ਲੱਗੇ ਰਹਿੰਦੇ ਆ, ਬੰਦਾ ਭੱਜ ਜਾਂਦਾ ਫਿਰ ਵੀ ਪਿੱਛੇ ਲੱਗੇ। ਹੁਣ ਕਹੀ ਜਾਂਦੇ ਆ ਜੀ ਇਹ ਤਾਂ ਪੁਲਿਸ ਨੇ ਵੀਡੀਓ ਕਹਿ ਕੇ ਬਣਵਾਈ ਹੈ, ਤੇ ਸੋਚੋ ਵੀ ਇਦੂ ਵੱਧ ਸ਼ਰਮ ਵਾਲੀ ਗੱਲ ਕੋਈ ਹੋ ਸਕਦੀ ਹੈ ਵੀ ਜੋ ਚਾਹੇ ਪੁਲਿਸ ਬੁਲਵਾ ਸਕਦੀ ਹੈ ਬੰਦੇ ਤੋਂ? ਅਸੀਂ ਸਾਹਿਬਜ਼ਾਦਿਆਂ ਤੋਂ ਬੁਲਵਾ ਲਿਆ ਸੀ ਮਰਜ਼ੀ ਨਾਲ, ਗੁਰੂ ਅਰਜਨ ਦੇਵ ਜੀ ਤੋਂ ਬੁਲਵਾ ਲਿਆ ਸੀ। ਕਹਿੰਦੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਨ ਤੋਂ ਬਾਅਦ ਧਰਤੀ 'ਤੇ ਡਿੱਗਿਆਂ ਪਿਆਂ ਨੂੰ ਤਲੀਆਂ 'ਤੇ ਤੇਲ ਵੀ ਚੱਸਿਆ ਗਿਆ। ਸੁਣੋ ਯਾਰ ਕਿੱਡੀ ਗੱਲ ਕਹਿ ਰਹੀ ਹੈ ਕਿ ਕਿੱਥੋਂ ਚੁੱਕੀ ਹੈ। ਜੇ ਅਸੀਂ ਕਹਿੰਦੇ ਨਾ ਅੱਜ ਦੇ ਅਸੀਂ ਸੂਰਮੇ, ਅੱਜ ਦੇ ਅਸੀਂ ਯੋਧੇ ਹਾਂ ਜਾਂ ਅੱਗੇ ਅਸੀਂ ਪੈਰੋਕਾਰ ਅੱਗੇ ਲੱਗਦੇ ਨੇ, ਅਤੇ ਜੇ ਆਗੂ ਲੱਗਦਾ ਤਾਂ ਆਗੂ ਦੇ ਵਿੱਚ ਉਹਨੇ ਜਿੰਨੀ ਕੁ ਲੱਤਾਂ ਪੈ ਕਹਿ ਲਈਏ ਭਾਰ ਚੱਲਦੀਆਂ, ਉਨੀਆਂ ਕੁ ਸਟੇਟਮੈਂਟਾਂ ਦਿੰਦੀਆਂ, ਫਿਰ ਉਸ ਹਿਸਾਬ ਦੇ ਨਾਲ ਅਗਲੇ ਚੱਲਦੇ ਵੀ ਨਹੀਂ। ਗੱਲ ਕੀਤੀ ਹੈ ਕਿ ਅਸੀਂ ਕਹਿੰਦੇ ਹਾਂ ਕਿ ਉਹਨੂੰ ਪੁਲਿਸ ਵਾਲਿਆਂ ਨੇ ਉਹਨੂੰ ਕੋ ਬੁਲਵਾਇਆ ਗਿਆ, ਇਹਦਾ ਮਤਲਬ ਕਿ ਪੁਲਿਸ ਜੋ ਚਾਹੇ ਕੁਝ ਬੁਲਵਾ ਸਕਦੀ ਹੈ। ਅਤੇ ਜੇ ਅਸੀਂ ਆਪਣੇ ਆਪ ਨੂੰ ਉਸ ਕਹਿ ਲਈਏ ਯੋਧਿਆਂ ਨਾਲ ਮਿਲਾਉਂਦੇ ਹਾਂ, ਤਾਂ ਯਾਦ ਰੱਖਿਓ ਕਿ ਸਾਹਿਬਜ਼ਾਦਿਆਂ ਕੋਲ ਬੁਲਵਾ ਲਿਆ ਸੀ ਉਹਨਾਂ ਨੇ, ਸਾਹਿਬਜ਼ਾਦਿਆਂ ਨੂੰ ਬੰਦ ਬੰਦ ਕੱਟੇ ਗਏ ਸੀ, ਪਰ ਕਹਿੰਦੇ ਅਸੀਂ ਤੁਹਾਡੀ ਕਿਉਂ, ਜੇ ਇੰਨਾ ਸਟੈਂਡ ਸੀ ਉਸ ਸਟੈਂਡ 'ਤੇ ਫਿਰ ਖੜ੍ਹੇ ਰਹਿੰਦੇ ਨਾ। ਇਹ ਤਾਂ ਸਟੇਟਮੈਂਟ ਹੁਣ ਉਸ ਬੰਦਿਆਂ ਦੀ ਹੈ ਜਿਹੜੇ ਕਹਿੰਦੇ ਨੇ ਕਿ ਪੁਲਿਸ ਵਾਲਿਆਂ ਕੋਲੋਂ ਬੁਲਵਾਇਆ ਗਿਆ। ਅਤੇ ਹੁਣ ਬੁਲਵਾਇਆ ਗਿਆ ਤਾਂ ਫਿਰ ਕਾਹਦਾ ਯੋਧਾ ਹੋਇਆ ਜਿਹਨੇ ਕਹਿ ਲਈਏ ਕਿ ਪੁਲਿਸ ਦੇ ਕਹਿਣ 'ਤੇ ਆਹ ਬੋਲਤਾ ਕੁਝ? ਇਸ ਕਰਕੇ ਫਿਰ ਉਹ ਇਸ ਕਰਕੇ ਮੈਂ ਇਹ ਕਹਿੰਦਾ ਕਿ ਦੇਖੋ ਜੇ ਕੁਝ ਵੀ ਚਾਹੇ ਬੁਲਵਾ ਸਕਦੀ ਹੈ, ਫਿਰ ਅਸੀਂ ਫਿਰ ਆਗੂ ਕਿੰਨਾ ਦੇ ਹਾਂ ਅਸੀਂ? ਕਿ ਜੇ ਕੋਈ ਫਿਰ ਕੋਈ ਗੱਲ 'ਤੇ ਸਟੈਂਡ ਰੱਖਦੇ ਹੋ ਉੱਥੇ ਖੜ੍ਹ ਕਹਿੰਦੇ, ਭਾਵੇਂ ਮੇਰਾ ਇਹਨਾਂ ਦੀ ਆਪਦੀ ਵੀ ਖੁਦ ਸਟੇਟਮੈਂਟ ਹੈਗੀ ਹੈ, ਸਪੀਕਿੰਗ ਹੈਗੀਆਂ ਅੰਮ੍ਰਿਤਪਾਲ ਦੀਆਂ, ਜਿਹਦੇ ਵਿੱਚ ਗੱਲ ਕਰਦਾ ਕਿ ਮੇਰਾ ਭਾਵੇਂ ਬੰਦ ਬੰਦ ਕੱਟਿਆ ਜਾਵੇ, ਮੈਂ ਕਹਿ ਲਈਏ ਕਿ ਮੌਤ ਤੋਂ ਡਰਦਾ ਨਹੀਂ। ਅਤੇ ਫਿਰ ਉਹਨਾਂ ਦੇ ਹੀ ਸਮਰਥਕ ਇਹ ਕਹਿ ਰਹੇ ਨੇ ਕਿ ਉਹਨਾਂ ਕੋਲ ਬੁਲਵਾਇਆ ਗਿਆ, ਅਤੇ ਫਿਰ ਇਹਦਾ ਮਤਲਬ ਕਿ ਬੰਦ ਬੰਦ ਕੱਟਣ ਵਾਲੀ ਗੱਲ ਕਿੱਥੇ ਫਿਰ ਝੂਠੀ ਪੈ ਗਈ? ਉਹ ਦੇਖੀ ਅਤੇ ਫਿਰ ਜਾ ਕੇ ਪੁੱਛਿਆ ਸਲਾਮ ਕਬੂਲ ਹੈ, ਤਾਂ ਵੀ ਉਹ ਬੋਲੀ ਨਹੀਂ ਬੋਲੇ ਉਹਨਾਂ ਦੀ, ਕਹਿੰਦੇ ਨਹੀਂ ਕਬੂਲ ਨਹੀਂ ਬੋਲੇ। ਸਹੀ ਗੱਲ। ਉਹ ਭੋਲਿਓ, ਜੇ ਤੁਸੀਂ ਇਹ ਕਹਿੰਦੇ ਹੋ ਕਿ ਅੰਮ੍ਰਿਤਪਾਲ ਸਿੰਘ ਦੀ ਇਹ ਵੀਡੀਓ ਬਣਵਾਈ ਗਈ ਹੈ, ਇਦੂ ਵੱਡੀ ਤੇ ਸ਼ਰਮ ਵਾਲੀ ਕੋਈ ਗੱਲ ਨਹੀਂ ਹੋ ਸਕਦੀ, ਇਹਦਾ ਮਤਲਬ ਸਰਕਾਰ ਜੋ ਚਾਹੇ ਬੁਲਵਾ ਸਕਦੀ ਹੈ, ਸਿੱਖ ਤੇ ਵੱਢਿਆ ਜਾਵੇ ਟੁੱਕਿਆ ਜਾਵੇ
ਉਹਨਾਂ ਦੀ ਬੋਲੀ ਨਹੀਂ ਬੋਲਦਾ, ਦਪਤਾ ਨਹੀਂ। ਤੁਸੀਂ ਕਿਉਂ ਸਟੈਂਡ ਤੇ ਆ ਸੂਰਮਿਆਂ ਦਾ ਸਲਿਊਟ ਹੈ ਬਾਈ। ਜੇ ਤੁਸੀਂ ਕਹਿੰਦੇ ਵੀ ਬੁਲਵਾ ਲਿਆ, ਫਿਰ ਤਾਂ ਅਗਲੇ ਆਪਣੀ ਬੋਲੀ ਬੁਲਵਾ ਲੈਣਗੇ, ਕੱਲ ਨੂੰ ਕੁਝ ਹੋਰ ਵੀ ਬੁਲਵਾ ਲੈਣਗੇ। ਜੋ ਮਰਜ਼ੀ ਅਗਲਾ ਬੁਲਵਾ ਸਕਦਾ। ਤੁਸੀਂ ਕਹੋ ਹਾਂਜੀ ਉਹਦੀ ਵੀਡੀਓ ਹੈ, ਇੱਦਾਂ ਕੋਈ ਕਿਵੇਂ ਬੁਲਵਾ ਲੂਗਾ ਸਾਡੇ ਸੂਰਮੇ ਤੋਂ, ਇੱਦਾਂ ਕਹੋ ਨਾ। ਨਹੀਂ ਜੀ ਨਹੀਂ, ਵੇਖੋ ਜੀ ਆਲੇ ਦੁਆਲੇ ਬੋਡੀ ਲੈਂਗੁਏਜ ਦੇਖੋ ਜੀ, ਪੁਲਿਸ ਵਾਲੇ ਆਲੇ ਦੁਆਲੇ ਖੜੇ ਹੋਣਗੇ, ਬੰਦੇ ਖੜੇ ਹੋਣਗੇ, ਫਿਰ ਭਾਈ ਸਾਹਿਬ ਤੋਂ ਜੋ ਬੁਲਵਾਉਣਾ ਚਾਹੁੰਦੇ ਨੇ ਬੁਲਵਾ ਰਹੇ ਨੇ। ਕਿਹੜਾ ਸਿੰਘ ਬੋਲਿਆ ਸੀ? ਤਾਰੂ ਸਿੰਘ ਬੋਲਿਆ ਸੀ ਕਿ ਬੰਦਾ ਸਿੰਘ ਬਹਾਦਰ ਬੋਲਿਆ ਸੀ ਕਿ ਬਾਬਾ ਫਤਿਹ ਸਿੰਘ ਬੋਲਿਆ ਸੀ? ਬੋਲਿਆ ਸੀ ਕਦੇ ਕੋਈ? ਏਦਾਂ ਦੀਆਂ ਸਟੇਟਮੈਂਟਾਂ ਕਦੇ ਦਿੱਤੀਆਂ ਕਿਸੇ ਨੇ? ਬੜਾ ਕੁਝ ਆਲੇ ਦੁਆਲੇ ਹੁੰਦਾ। ਪਰ ਜਿਹੜਾ ਮੈਂ ਸਵਾਲ ਆਉਂਦਾ ਹੈ ਕਿ ਕਈ ਲੋਕ ਫਿਰ ਵੀ ਕਿਉਂ ਨਹੀਂ ਸਮਝਦੇ, ਸਨਾਰੀਓ ਨਹੀਂ ਵਿਚਾਰਨ ਆਉਂਦਾ, ਸਮੁੱਚਤਾ ਨਹੀਂ ਵਿਚਾਰਨ ਨਹੀਂ ਆਉਂਦੀ। ਹੁਣ ਇੱਕ ਸਟੇਟਮੈਂਟ ਤੇ ਦੇ ਦਿੱਤੀ ਕਿ ਭਾਈ ਸਾਹਿਬ ਤੋਂ ਬੁਲਵਾਇਆ ਗਿਆ, ਉਹਨਾਂ ਦੀ ਅਸਲੀ ਵੀਡੀਓ ਨਹੀਂ, ਵੀਡੀਓ ਬਣਵਾਈ ਗਈ ਹੈ। ਪਰ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਇਹਦੇ ਨਾਲ ਤਾਂ ਉਹਨਾਂ ਦੀ ਛਵੀ ਹੋਰ ਵੀ ਖਰਾਬ ਕਰਨ ਲੱਗੇ ਹੋ ਤੁਸੀਂ। ਸੁਣੋ ਫਿਰ, ਵੀ ਕੋਈ ਵੀ ਬੁਲਵਾ ਲਏਗਾ, ਇਹਦਾ ਮਤਲਬ ਡਰ ਕੇ ਬੋਲਿਆ, ਇਹਦਾ ਮਤਲਬ ਡਰਦਾ ਹੈ, ਮੌਤ ਦਾ ਡਰ ਦਿੱਤਾ ਹੋਣਾ ਉਹਨਾਂ ਨੇ ਤਾਂ ਵੀਡੀਓ ਬਣਾ ਦਿੱਤੀ, ਇਹਦਾ ਮਤਲਬ ਡਰ ਗਿਆ। ਸੋਚਦੇ ਨਹੀਂ ਹੁੰਦੇ ਵੀ ਸਟੇਟਮੈਂਟ ਕਿੱਦਾਂ ਦੀ ਹੈ, ਇਹਦਾ ਅਰਥ ਕੀ ਬਣੂਗਾ। ਹੁਣ ਉਹਨਾਂ ਨੇ ਤਾਂ ਸਟੇਟਮੈਂਟਾਂ ਨਹੀਂ ਦੇਣੀਆਂ, ਉਹਨਾਂ ਨੂੰ ਤਾਂ ਸਮਝਣਾ ਨਹੀਂ ਜਿਹੜੇ ਬੰਦੇ ਇੱਦਾਂ ਦੇ, ਉਹਨਾਂ ਦਾ ਸੋਚ ਦਾ ਦਾਇਰਾ ਬਹੁਤ ਭੈੜਾ ਹੁੰਦਾ। ਭੈੜੇ ਡਰਾਈਵਰ ਦੀ ਜੱਜਮੈਂਟ ਅਸਲ 'ਚ ਭੈੜੀ ਹੁੰਦੀ ਹੈ। ਭੈੜਾ ਡਰਾਈਵਰ ਤਾਂ ਹੁੰਦਾ ਹੈ ਮਾੜਾ ਕਿਉਂਕਿ ਉਹਦੀ ਜੱਜਮੈਂਟ ਬੜੀ ਮਾੜੀ ਹੁੰਦੀ ਹੈ, ਉਹਦਾ ਆਈਡੀਆ ਬੜਾ ਮਾੜਾ ਹੁੰਦਾ ਵੀ ਟਰੱਕ ਹਜੇ ਦੂਰ ਹੈ, ਉਹ ਟਰੱਕ ਨੇੜੇ ਹੁੰਦਾ ਐਕਸੀਡੈਂਟ ਹੋ ਜਾਂਦਾ, ਉਹ ਕਹਿੰਦਾ ਗੱਡੀ ਲੰਘਾ ਦੂੰਗਾ, ਲੰਘਾ ਨਹੀਂ ਸਕਦਾ ਤਾਂ ਮਾਰਿਆ ਜਾਂਦਾ ਨਕਲੀ ਡਰਾਈਵਰ। ਜੱਜਮੈਂਟ ਬਹੁਤ ਲੋਕਾਂ ਦੀ ਇੱਦਾਂ ਦੀ ਹੋਈ ਹੁੰਦੀ ਹੈ, ਫੇਕ ਜੀ ਜੱਜਮੈਂਟ, ਐਵੇਂ ਹੀ ਚੰਗੀ ਜੱਜਮੈਂਟ ਹੋਣੀ ਚਾਹੀਦੀ ਹੈ ਵੀ ਐਂ ਵਾਪਰਨਾ ਐਂ ਹੋ, ਉਵੇਂ ਉਵੇਂ ਫਿਰ ਸਾਰਾ ਕੁਝ ਚੱਲਦਾ। ਜੱਜਮੈਂਟ ਵਧੀਆ ਹੋਵੇ। ਹੁਣ ਜੱਜਮੈਂਟ ਤਾਂ ਵਧੀਆ ਹੋਏਗੀ ਜੇ ਸੋਚ ਚੰਗੀ ਹੈ, ਸਿਨਾਰੀਓ ਵਧੀਆ, ਪੁਆਇੰਟ ਆਫ ਵਿਊ ਬੰਦੇ ਦਾ ਵਧੀਆ। ਤਾਂ ਕਰਕੇ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਵੀ ਜਿਹੜੇ ਬੰਦੇ ਸੁਣਦੇ ਹੋ, ਸਮਝਦੇ ਹੋ, ਵਿਚਾਰਦੇ ਹੋ, ਉਹ ਆਪਣੀ ਸੋਚ ਦਾ ਦਾਇਰਾ ਥੋੜ੍ਹਾ ਜਿਹਾ ਵੱਡਾ ਕਰੋ। ਜਿਹੜੇ ਤੁਸੀਂ ਇਹ ਕਹਿੰਦੇ ਹੋ ਕਿ ਭਾਈ ਸਾਹਿਬ ਕਈ ਲੋਕ ਸਮਝਦੇ ਕਿਉਂ, ਤੂੰ ਸਮਝਾ ਕੇ ਲੈਣਾ ਕੀ, ਮੈਂ ਤਾਂ ਸੱਚੀ ਬੜਾ ਖੁਸ਼ ਹਾਂ। ਮੈਂ ਤੁਸੀਂ ਸਵੇਰ ਵੇਲੇ ਮੇਰੀ ਵੀਡੀਓ ਸੁਣ ਰਹੇ ਹੋ, ਪਤਾ ਨਹੀਂ ਸ਼ਾਮ ਨੂੰ, ਮੈਂ ਆਪਣੇ ਆਪ ਦੀ ਕਸਮ ਖਾ ਕੇ ਇਹ ਗੱਲ ਕਹਿ ਸਕਦਾ ਕਿ ਮੈਂ ਬੜਾ ਖੁਸ਼ ਹਾਂ। ਜਦੋਂ ਮੈਂ ਸਾਰਾ ਕੁਛ ਵੇਖਦਾ ਨਾ, ਜੋ ਪੰਥ ਸਾਡੀ 'ਚ ਕੌਮ 'ਚ ਚੱਲ ਰਿਹਾ, ਮੈਂ ਇੰਨਾ ਖੁਸ਼ ਹੁੰਦਾ, ਮੈਂ ਕਿੰਨਾ ਸ਼ੁਕਰ ਆ ਉਹ ਮਨਾ, ਮੈਂ ਬਚਿਆ ਹੋਇਆ, ਮੈਂ ਇੱਕ ਪਾਸੇ, ਮੈਂ ਇੱਕ ਸਾਈਡ 'ਤੇ, ਮੇਰੇ 'ਤੇ ਦਬਾਅ ਨਹੀਂ ਕਿ ਇਹਦੇ ਨਾਲ ਤੁਰ, ਐਂ ਕਰ ਐਂ ਕਰ, ਪਰਵਾਹ ਨਹੀਂ ਕਿਸੇ ਦੀ, ਹਿੰਮਤ ਨਹੀਂ ਕਿਸੇ ਦੀ ਜਿਹੜਾ ਮੈਨੂੰ ਫੋਨ ਕਰਕੇ ਕਹਿ ਸਕੇ ਕਿ ਭਾਈ ਸਾਹਿਬ ਇੱਦਾਂ ਨਹੀਂ ਇੱਦਾਂ ਕਰ ਲਓ, ਅਗਲੇ ਨੂੰ ਪਤਾ ਵੀ ਇਹਨੇ ਨਹੀਂ ਮੰਨਣਾ, ਸਹੀ ਗੱਲ, ਇਹਨੇ ਨਾ ਸੁਣਨੀ ਹੈ ਨਾ ਕਿਸੇ ਦੇ ਨਾਲ ਤੁਰਨਾ, ਇਹ ਆਪਣੀ ਮਰਜ਼ੀ ਦਾ ਮਾਲਕ, ਮੈਂ ਖੁਦ ਮੁਖਤਿਆਰ ਹਾਂ, ਆਪਣੀ ਦੁਨੀਆ ਦਾ ਮਾਲਕ ਮੈਂ ਹਾਂ, ਆਪਾਂ ਮੇਰੀ ਛੋਟੀ ਜਿਹੀ ਦੁਨੀਆ ਉਹਦੇ ਵਿੱਚ ਮੈਂ ਮਾਲਕ, ਖੁਦ ਮੁਖਤਿਆਰ ਬਣੀ ਦਾ ਆਪਣੀ ਆਪਣੀ ਦੁਨੀਆ ਦਾ। ਵੀਰੋ ਭਰਾਵੋ ਭੈਣੋ, ਅਸੀਂ ਤਾਂ ਖੁਸ਼ ਬਹੁਤ ਹਾਂ, ਅਸੀਂ ਭੀੜ ਦਾ ਹਿੱਸਾ ਨਹੀਂ, ਸ਼ੁਕਰ ਹੈ, ਨਹੀਂ ਤਾਂ ਮੈਂ ਵੀ ਇੱਦਾਂ ਹੀ ਸੋਚਦਾ ਹੋਣਾ ਸੀ, ਇਹਨਾਂ ਦੇ ਮਗਰ ਤੁਰੇ ਫਿਰਨਾ ਸੀ, ਕਦੇ ਕਿਸੇ ਦੀ ਚਾਪਲੂਸੀ, ਕਦੇ ਕਿਸੇ ਦੀਆਂ ਜੁੱਤੀਆਂ ਚੱਟ, ਕਦੇ ਕਿਸੇ ਦੀਆਂ, ਅਸੀਂ ਤਾਂ ਸਾਈਡ 'ਤੇ ਹਾਂ, ਆਪਣਾ ਨਜ਼ਰੀਆ, ਆਪਣਾ ਪੁਆਇੰਟ ਆਫ ਵਿਊ ਹੈ। ਕਿੰਨੀ ਖੁਸ਼ੀ ਹੁੰਦੀ ਹੈ ਮੈਨੂੰ, ਅਤੇ ਮੈਂ ਤੁਹਾਨੂੰ ਵੀ ਸਲਾਹ ਦੇਣੀ ਚਾਹਾਂਗਾ, ਇੱਦਾਂ ਨਾ ਸੋਚਿਆ ਕਰੋ, ਲੋਕ ਵੇਖੋ ਜੀ ਲੋਕ ਫਿਰ ਨਹੀਂ ਸੁਣਦੇ, ਲੋਕ ਫਿਰ ਵੀ ਨਹੀਂ ਸਮਝਦੇ, ਮੇਰੀ ਫਲਾਣੇ ਨਾਲ ਗੱਲ ਹੋਈ ਉਹ ਫਿਰ ਉੱਥੇ ਹੀ ਖੜਾ, ਤੂੰ ਯਾਰ ਕਿਉਂ ਬਦਲਦਾ ਕਿਸੇ ਨੂੰ। ਮੈਂ ਤੁਹਾਨੂੰ ਹਮੇਸ਼ਾ ਬੇਨਤੀ ਕੀਤੀ ਹੈ, ਜੇ ਤੂੰ ਇਹ ਸੋਚੇਗਾ ਲੋਕ ਨਹੀਂ ਬਦਲਦੇ, ਲੋਕ ਨਹੀਂ ਬਦਲਦੇ, ਓਵਰ ਥਿੰਕਿੰਗ ਤੇਰੀ ਚੱਲੀ ਜਾਣੀ ਹੈ। ਪਰ ਜੇ ਸੋਚੇਗਾ ਮਨਾ ਤੂੰ ਤਾਂ ਬਦਲ ਗਿਆ, ਉੱਥੇ ਹੀ ਸਟੋਪ ਲੱਗ ਜਾਣਾ ਓਵਰ ਥਿੰਕਿੰਗ ਨੂੰ, ਬ੍ਰੇਨ ਰਿਲੈਕਸ ਹੋ ਜਾਏਗਾ, ਤੂੰ ਖੁਸ਼ ਹੋ ਜਾਏਗਾ। ਮੈਂ ਯਾਰ ਇੱਦਾਂ ਸੋਚਦਾ ਨਹੀਂ, ਸ਼ੁਕਰ ਹੈ ਮੈਂ ਇਹਨਾਂ ਵਾਂਗੂ ਨਹੀਂ ਸੋਚਦਾ, ਆਪਾਂ ਤਾਂ ਬਚੇ ਹੋਏ ਹਾਂ। ਕਿੰਨਾ ਖੁਸ਼ ਹੋਏਗਾ ਤੂੰ, ਇਹ ਸੋਚੀ ਜਾ ਵੀ ਲੋਕ ਲੋਕ
ਕਿੱਦਾਂ ਸੋਚਦੇ ਨੇ ਲੋਕ, ਕੰਬਲੇ ਅਜੇ ਨਹੀਂ ਸਮਝਦੇ ਲੋਕ, ਉਹ ਨਹੀਂ ਸਮਝਦਾ ਮੇਰਾ ਫਲਾਣਾ ਰਿਸ਼ਤੇਦਾਰ ਨਹੀਂ ਸਮਝਦਾ, ਸਾਡੇ ਟੱਬਰ 'ਚ ਫਲਾਣਾ ਨਹੀਂ ਸਮਝਦਾ। ਯਾਰ ਤੂੰ ਸਮਝਾ ਕੇ ਕੀ ਲੈਣਾ, ਤੂੰ ਸ਼ੁਕਰ ਕਰ ਮੈਂ ਸਮਝ ਗਿਆ। ਗਿਆਨ ਮੈਨੂੰ ਸੁਚੱਜਾ ਬਣਾਉਣ ਵਾਸਤੇ ਹੈ, ਗਿਆਨ ਮੇਰੀ ਸੋਚ ਬਦਲਣ ਵਾਸਤੇ ਹੈ, ਗਿਆਨ ਮੈਨੂੰ ਚੰਗਾ ਬਣਾਉਣ ਵਾਸਤੇ ਹੈ। ਮੈਂ ਲੋਕਾਂ ਨੂੰ ਚੰਗਾ ਬਣਾਉਣਾ ਨਹੀਂ, ਮੈਂ ਪਿਛਲਿਆਂ ਸਾਲਾਂ ਨਾਲੋਂ ਬਦਲ ਗਿਆ। ਮੈਂ ਤੁਹਾਨੂੰ ਦੱਸ ਰਿਹਾ ਕਿ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਸ਼ੁਕਰ ਹੈ ਯਾਰ, ਨਹੀਂ ਤਾਂ ਮੈਂ ਵੀ ਇਸ ਭੀੜ ਦਾ ਹਿੱਸਾ ਹੁੰਦਾ। ਅੰਮ੍ਰਿਤਪਾਲ ਸਿੰਘ ਦੇ ਮਗਰ ਨਾ ਤੁਰਦਾ ਤਾਂ ਵਿਦੇਸ਼ਾਂ 'ਚੋਂ ਕੌਲਾਂ ਆਉਣੀਆਂ ਸੀ। ਭਾਈ ਸਾਹਿਬ ਤੁਹਾਨੂੰ ਪ੍ਰੋਗਰਾਮ ਦਿੰਦੇ ਹਾਂ, ਟਾਈਮ ਦਿੰਦੇ ਹਾਂ, ਕਮੇਟੀਆਂ ਨੇ ਕਈ ਕੁਝ ਕਹਿਣਾ ਸੀ, ਕਦੇ ਕਿਸੇ ਨੇ ਕਹਿਣਾ ਸੀ, ਹੁਣ ਕੋਈ ਪਰਵਾਹ ਨਹੀਂ। ਪਾਉਂ ਪਸਾਰੇ ਕੱਬ ਕੇ ਹੱਥ ਸੰਕੋਚੇ ਜੱਬ ਨਜ਼ਾਰਾ ਆ ਗਿਆ। ਕਿਸੇ ਤਰ੍ਹਾਂ ਤੁਹਾਨੂੰ ਸੋਚਣਾ ਪੈਣਾ ਕਿ ਸਾਡੀ ਇੱਕ ਸੋਚ ਬਣ ਗਈ ਹੈ। ਅਸੀਂ ਤਾਂ ਆਪਣੀ ਇੱਕ ਸੋਚ ਲੈ ਕੇ ਚੱਲੇ ਹਾਂ, ਜਿੱਥੇ ਵੀ ਕਿਤੇ ਤੁਸੀਂ ਹੈਗੇ ਹੋ, ਬਸ ਲੋਕਾਂ ਨੂੰ ਨਾ ਬਦਲਿਓ, ਆਪਣੇ ਬਦਲਣ ਦੀ ਖੁਸ਼ੀ ਮਨਾਇਓ, ਲੋਕਾਂ ਦੇ ਨਾ ਬਦਲਣ ਦਾ ਅਫਸੋਸ ਨਾ ਕਰਿਓ, ਆਪਣੇ ਬਦਲਣ ਦਾ ਜਸ਼ਨ ਮਨਾਓ, ਆਪਣੀ ਸੋਚ ਡਿਵੈਲਪ ਹੋਣ ਦਾ ਜਸ਼ਨ ਮਨਾਓ ਵੀ ਮੈਂ ਸਾਈਡ 'ਤੇ ਹਾਂ, ਮੇਰੀ ਸੋਚ ਵੱਖਰੀ ਹੋ ਗਈ, ਸ਼ੁਕਰ ਹੈ ਮੈਂ ਖੁਸ਼ ਹਾਂ, ਮੈਂ ਗੁਰੂ ਸਾਹਿਬ ਤੋਂ ਸਮਝ ਲੈਂਦਾ, ਅਕਲ ਲੈਂਦਾ, ਗੁਰਬਾਣੀ ਨੂੰ ਸਮਝਦਾ, ਮੇਰਾ ਆਪਣਾ ਨਜ਼ਰੀਆ ਘੜਿਆ ਗਿਆ, ਮੈਂ ਘਟਨਾਵਾਂ ਨੂੰ ਆਪਣੇ ਤਰੀਕੇ ਨਾਲ ਵੇਖਣ ਲੱਗ ਪਿਆ। ਇਹ ਤਾਂ ਯਾਰ ਮੈਂ ਹੈਰਾਨ ਹੋ ਰਿਹਾ ਵੇਖ ਵੇਖ ਕੇ ਜਿੱਦਾਂ ਦੀਆਂ ਗੱਲਾਂ ਸੋਚਦੇ ਨੇ। ਭਾਈ ਸਾਹਿਬ ਨੂੰ ਫੜ ਲਿਆ ਹੋਣਾ, ਗ੍ਰਿਫਤਾਰ ਕਰ ਲਿਆ ਹੋਣਾ, ਮਾਰ ਦਿੱਤਾ ਹੋਣਾ, ਹੁਣ ਕਹਿ ਰਹੇ ਨੇ ਵੇਖੋ ਜੀ ਸੂਰਮੇ ਤਾਂ ਇੱਦਾਂ ਹੀ ਨਿਕਲ ਜਾਂਦੇ ਹੁੰਦੇ ਨੇ 1.25 ਲੱਖ 'ਚ। ਕਦੇ ਸੋਚਿਆ ਅੰਮ੍ਰਿਤਪਾਲ ਸਿੰਘ ਹੋਣਾ ਦੀ ਸਟੇਟਮੈਂਟ ਆਈ, ਕਹਿੰਦੇ ਕਿ ਅਕਾਲ ਪੁਰਖ ਦੀ ਕਿਰਪਾ ਨਾਲ ਮੈਂ ਲੱਖਾਂ 'ਚੋਂ ਨਿਕਲ ਗਿਆ। ਪਰ ਜਰਾ ਕੁ ਤਾਂ ਸੋਚ ਲਓ ਵੀ ਕੀ ਜਿਹੜੇ ਬਾਕੀ ਫੜੇ ਗਏ ਉਹਨਾਂ 'ਤੇ ਅਕਾਲ ਪੁਰਖ ਦੀ ਕਿਰਪਾ ਨਹੀਂ ਸੀ, ਉਦੋਂ ਪੁਲਿਸ ਵਾਲਿਆਂ 'ਤੇ ਕਿਰਪਾ ਸੀ। ਕਦੇ ਤੁਸੀਂ ਸੋਚਿਆ ਕਿ ਸਾਹਿਬਜ਼ਾਦੇ ਵੀ ਗ੍ਰਿਫਤਾਰ ਹੋਏ ਸੀ, ਉਹਨਾਂ 'ਤੇ ਅਕਾਲ ਪੁਰਖ ਦੀ ਕਿਰਪਾ ਨਹੀਂ ਸੀ? ਗੁਰੂ ਅਰਜਨ ਦੇਵ ਜੀ ਦੇ ਸੀਸ 'ਚ ਰੇਤਾ ਪਾਇਆ ਸੀ, ਉਹਨਾਂ 'ਤੇ ਅਕਾਲ ਪੁਰਖ ਦੀ ਕਿਰਪਾ ਨਹੀਂ ਸੀ? ਅਸੀਂ ਹਰ ਥਾਂ ਦੇ ਉੱਤੇ ਰੱਬ ਨੂੰ ਵਿੱਚ ਲੈ ਆਉਣਾ, ਕਦੇ ਰੱਬ ਸਿੰਘਾਂ ਵੱਲ ਹੋ ਜਾਂਦਾ, ਕਦੇ ਰੱਬ ਪੁਲਿਸ ਵਾਲਿਆਂ ਵਾਲੇ ਪਾਸੇ ਹੋ ਜਾਂਦਾ, ਇੱਦਾਂ ਕਿਉਂ ਕਰਦੇ ਹਾਂ ਅਸੀਂ? ਸਟੇਟਮੈਂਟਾਂ ਦੇਣ ਲੱਗਿਆਂ ਮਾੜਾ ਜਿਹਾ ਸੋਚੀਏ ਤਾਂ ਸਹੀ, ਵਿਚਾਰੀਏ ਤਾਂ ਸਹੀ। ਹੁਣ ਆਪਣੇ ਮੈਂ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਕਰਾਂਗਾ ਕਿ ਵੇਖੋ ਜਿੱਦਾਂ ਚੱਲ ਰਹੇ ਨੇ ਚੱਲਣ ਦੋ ਸਭ ਨੂੰ, ਪਰ ਖੁਸ਼ੀ ਮਨਾਇਆ ਕਰੋ ਵੀ ਸ਼ੁਕਰ ਹੈ ਭੀੜ ਦਾ ਹਿੱਸਾ ਮੈਂ ਇਹ ਸਾਰੇ ਸਿਸਟਮ ਦੇ ਵਿੱਚੋਂ ਥੋੜ੍ਹਾ ਨਿਕਲ ਗਿਆ, ਸੋਚਦਾ ਮੈਂ, ਵਿਚਾਰਦਾ, ਖੁਸ਼ੀ ਮਨਾਇਆ ਕਰੋ, ਐਵੇਂ ਨਾ ਟੈਨਸ਼ਨ ਲਿਆ ਕਰੋ ਫਲਾਣਾ ਇੱਦਾਂ ਕਰਦਾ ਫਲਾਣਾ ਇੱਦਾਂ ਕਰਦਾ, ਦੁਖੀ ਰਹੋਗੇ। ਆਪਣੇ ਆਪ ਨੂੰ ਬਦਲੋ, ਮਨ ਜੀਤੈ ਜਗ ਜੀਤ, ਆਪਣੇ ਆਪ ਨੂੰ ਜਿੱਤੋ, ਆਪਣੀ ਸੋਚ ਨੂੰ ਬਦਲੋ। ਅਸੀਂ ਤਾਂ ਨਿਕਲੇ ਹੋਏ ਨਾ, ਅੰਮ੍ਰਿਤਪਾਲ ਸਿੰਘ ਨੇ ਤਾਂ ਅੱਜ ਜਿੰਨੇ ਉਹਦੇ ਮਗਰ ਲੱਗੇ ਹੋਏ ਸੀ, ਇਹਦਾ ਮਤਲਬ ਹੁਣ ਅੰਮ੍ਰਿਤਪਾਲ ਸਿੰਘ ਕਹਿੰਦੇ ਜਹੇਦਰ ਸਾਹਿਬ, ਜਹੇਦਰ ਸਾਹਿਬ, ਜਹੇਦਰ ਸਾਹਿਬ, ਜਥੇਦਾਰ ਸਾਹਿਬ ਐਂ, ਜਹੇਦਰ ਸਾਹਿਬ ਐਂ। ਹੁਣ ਜਿਹੜੇ ਮਗਰ ਲੱਗੇ ਹੋਣਗੇ ਉਹ ਵੀ ਜਹੇਦਰ ਸਾਹਿਬ, ਜਹੇਦਰ ਸਾਹਿਬ ਕਰਨ ਲੱਗੇ ਹੋਣਗੇ, ਕਿਉਂਕਿ ਉਹ ਵੀ ਮਗਰ ਹੀ ਲੱਗਣਾ ਉਹਨਾਂ ਨੇ। ਜਹੇਦਰ ਸਾਹਿਬ ਹੋਰ ਸਾਹਿਬ ਸਾਹਿਬ ਕਰਦੇ ਨੇ, ਉਹਨਾਂ ਦਾ ਕੋਈ ਹੋਰ ਸਾਹਿਬ ਹੈ, ਜਹੇਦਾਰਾਂ ਦੇ ਉੱਤੇ ਹੋਰ ਸਾਹਿਬ ਹੈ। ਬਿਠਾਤਾ ਸੀ ਨਾ ਕਿਸੇ ਦੀਆਂ ਜੁੱਤੀਆਂ 'ਚ ਲਿਜਾ ਕੇ ਪੈਰਾਂ 'ਚ, ਮੇਰੇ ਵਰਗਾ ਬੰਦਾ ਅੰਮ੍ਰਿਤਪਾਲ ਸਿੰਘ ਦੇ ਮਗਰ ਲੱਗਿਆ ਹੁੰਦਾ, ਸਪੋਰਟ 'ਚ ਹੁੰਦਾ ਤਾਂ ਮੈਨੂੰ ਤਾਂ ਬਿਠਾਤਾ ਸੀ ਜਹੇਦਾਰ ਦੀਆਂ ਜੁੱਤੀਆਂ 'ਚ ਲਿਜਾ ਕੇ, ਅਤੇ ਜਹੇਦਾਰ ਨੇ ਕਿਸੇ ਹੋਰ ਦੀਆਂ ਜੁੱਤੀਆਂ 'ਚ ਪਾ ਦੇਣਾ ਸੀ। ਅਸੀਂ ਤਾਂ ਗੁਰੂ ਸਾਹਿਬ ਦੇ ਚਰਨਾਂ 'ਚ ਬਹਿਣ ਵਾਲੇ ਹਾਂ, ਕਿਸੇ ਦੀਆਂ ਜੁੱਤੀਆਂ 'ਚ ਨਹੀਂ ਬਹਿਣਾ। ਸ਼ੁਕਰ ਕਰੋ ਬਚ ਗਏ ਆਪਾਂ ਸਾਰੇ, ਸ਼ੁਕਰ ਕਰੋ, ਇੱਦਾਂ ਹੀ ਠੀਕ ਹੈ। ਆਪਣੇ ਆਪ ਅਸੀਂ ਚੇਂਜ ਹੋਏ ਹਾਂ, ਬਦਲੇ ਹਾਂ, ਅਸੀਂ ਖੁਸ਼ ਹਾਂ, ਮੇਰੀ ਲਾਈਫ ਚੇਂਜ ਹੈ। ਠੀਕ ਹੈ, ਦੁਨੀਆ ਜਿੱਥੇ ਜਾਂਦੀ ਹੈ ਜਾਣ ਦਿਓ, ਮੈਂ ਬਦਲ ਗਿਆ, ਕੋਈ ਮੇਰੇ ਮਗਰ ਆਏਗਾ ਤੁਰੇਗਾ, ਬਦਲਣਾ ਚਾਹੁੰਦਾ ਬਦਲੇ, ਨਹੀਂ ਤਾਂ ਉਹਦੀ ਮਰਜ਼ੀ ਹੈ। ਕਾਇਮ ਰਿਹੋ, ਰਾਜ਼ੀ ਰਿਹੋ, ਖੁਸ਼ ਰਿਹੋ। ਖੁਸ਼ ਰਹਿਣ ਵਾਸਤੇ ਉੱਦਾਂ ਦਾ ਨਜ਼ਰੀਆ ਬਣਾ ਕੇ ਰੱਖੋ, ਕਲਾਸ ਅੱਧਾ ਖਾਲੀ ਹੈ ਇਹ ਵੇਖ ਕੇ ਦੁਖੀ ਹੋਈ ਜਾਓ, ਅੱਧਾ ਤਾਂ ਭਰਿਆ, ਲੋਕ ਨਹੀਂ ਬਦਲਦੇ ਇਹ ਵੇਖ ਕੇ ਦੁਖੀ ਹੋਈ ਜਾਓ, ਮੈਂ ਤਾਂ ਬਦਲ ਗਿਆ, ਖੁਸ਼ ਹੋ ਜਾਓ, ਮੈਂ ਤਾਂ ਸੋਚ ਬਦਲ ਗਈ ਮੇਰੀ, ਤਾਂ ਆਪਣੀ ਸੋਚ ਬਣਾਓ। ਕਾਇਮ ਰਹੋ, ਚੜ੍ਹਦੀ ਕਲਾ ਚਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਇਹ ਸੀ ਭਾਈ ਸਾਹਿਬ ਜੀ ਦੇ ਵਿਚਾਰ।
ਸੱਚੀ ਯਾਰ ਸਲਿਊਟ ਹੈ ਯਾਰ ਭਾਈ ਸਾਹਿਬ ਜੀ ਦੀ ਸੋਚ ਨੂੰ ਇੱਕ ਅਲੱਗ ਨਜ਼ਰੀਏ ਦੇ ਨਾਲ, ਜਿਹੜੀ ਜਿਸ ਤਜ਼ਰਬੇ ਦੇ ਨਾਲ ਸਾਨੂੰ ਸਮਝਾਉਂਦੇ ਨੇ ਨਾ, ਗੱਲ ਜਿੱਥੇ ਕਿਰਪਾ ਦੀ ਆ ਜਾਓ ਉੱਥੇ ਇਹ ਵੀ ਚੀਜ਼ ਸੋਚਿਆ ਕਰੋ ਕਿ ਯਾਰ ਕਿਹੜੀਆਂ ਸਟੇਟਮੈਂਟਾਂ ਦੇ ਰਹੇ ਹੋ, ਕਿਸੇ ਪੱਖ 'ਤੇ ਦੂਜੇ ਬੰਨੇ ਸਟੇਟਮੈਂਟਾਂ ਨਹੀਂ ਦਿਓਗੇ ਕਿਉਂਕਿ ਦੂਜੇ 'ਤੇ ਕਿਰਪਾ ਨਹੀਂ ਸੀ। ਗੱਲ ਭਾਈ ਸਾਹਿਬ ਜੀ ਨੇ ਉਹ ਵੀ ਇਹ ਵੀ ਗੱਲ ਰੱਖਣੀ ਕੀਤੀ ਕਿ ਦੇਖੋ ਹੁਣ ਇਹਨਾਂ ਦੀ ਸੋਚ ਅਲੱਗ, ਜਿਸ ਤਰ੍ਹਾਂ ਵੀ ਭਾਈ ਸਾਹਿਬ ਜੀ ਦੀ ਸੋਚ ਹੈ ਉਹ ਕਿਸੇ ਦੇ ਪੈਰਾਂ 'ਚ ਤਾਂ ਨਹੀਂ ਨਾ ਜਾ ਕੇ ਬਹਿੰਦੇ, ਕਿਸੇ ਦੇ ਦਬਾਅ 'ਚ ਆ ਕੇ ਕੋਈ ਮੰਨ ਲਓ ਕਿਸੇ ਦੇ ਦਬਾਅ 'ਚ ਆ ਕੇ ਬੋਲਦੇ ਤਾਂ ਨਹੀਂ ਨਾ ਕਿ ਆਹ ਕਿਸੇ ਨੇ ਕਹਿ ਤਾ ਫਿਰ ਬੋਲਣਾ, ਆਹ ਕਿਸੇ ਨੇ ਕਹਿਤਾ ਫਿਰ ਬੁਲਾਉਣਾ। ਪਰ ਜੇ ਤੁਸੀਂ ਇਹ ਸਟੇਟਮੈਂਟਾਂ ਦੇ ਰਹੇ ਹੋ ਕਿ ਯਾਰ ਅੰਮ੍ਰਿਤਪਾਲ ਨੂੰ ਪੁਲਿਸ ਵਾਲਿਆਂ ਵੱਲੋਂ ਬੁਲਾਇਆ ਗਿਆ, ਤਾਂ ਉਹਦੇ ਪਿੱਛੇ ਦੇਖੋ ਤਾਂ ਸਹੀ ਰੀਜ਼ਨ ਕੀ ਨਿਕਲਦਾ ਕਿ ਤੁਹਾਡਾ ਯੋਧਾ ਕਿ ਕਿਸੇ ਦੇ ਮੌਤ ਦੇ ਡਰ 'ਚ ਆ ਕੇ ਇੰਨਾ ਕੁਝ ਬੋਲੀ ਜਾਂਦੇ? ਫਿਰ ਇਹਦਾ ਮਤਲਬ ਕਿ ਇੱਕ ਬੰਨੇ ਉਹ ਵੱਡੀਆਂ ਵੱਡੀਆਂ ਸਟੇਟਮੈਂਟਾਂ ਸੀ ਕਿ ਮੈਂ ਮੌਤ ਤੋਂ ਨਹੀਂ ਡਰਦਾ, ਮੈਂ ਇਹ ਤੋਂ ਨਹੀਂ ਡਰਦਾ, ਅਤੇ ਇੱਕ ਬੰਨੇ ਉਹ ਅੱਜ ਆਪ ਹੀ ਬੋਲੀ ਜਾਂਦੇ? ਫਿਰ ਉਹਦੇ ਬਾਰੇ ਸੋਚਿਆ ਵੀ ਤਾਂ ਕਰੋ ਕਿ ਉਹਦਾ ਰਿਜ਼ਲਟ ਕੀ ਨਿਕਲ ਰਿਹਾ। ਦੂਜੀ ਗੱਲ, ਮੈਂ ਭਰਾਵਾਂ ਸਾਰਿਆਂ ਨੂੰ ਕਰਾਂਗਾ, ਇੱਥੇ ਕੋਈ ਕਿਸੇ ਦੇ ਨਾਲ ਬਾਅਦ ਵਿੱਚ ਕਹਿ ਲਈਏ ਕਿ ਕਿਸੇ ਦਾ ਹਾਲ ਚਾਲ ਨਹੀਂ ਪੁੱਛਦਾ। ਜਿਨ੍ਹਾਂ ਦਾ ਕਹਿ ਲਈਏ ਕਿ ਜਿਹਨੇ ਸੂਰੀ ਨੂੰ ਮਾਰਿਆ ਸੀ ਜਿਸ ਵੀਰ ਨੇ, ਉਹਦੇ ਘਰ ਦੇ ਬੰਦੇ ਦੀ ਅੱਜ ਸਾਰ ਲਈ ਜਾ ਰਹੀ ਹੈ। ਭਰਾਵਾ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹੋ, ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਆਪਣੇ ਪਰਿਵਾਰ ਨੂੰ ਪਾਲੋ, ਆਪਣੇ ਬੱਚਿਆਂ ਨੂੰ ਪੜ੍ਹਾਓ ਲਿਖਾਓ, ਅੱਗੇ ਵਧਾਓ, ਅਤੇ ਦੋਸਤੋ ਆਪ ਜੁੜੋਗੇ ਨਾ ਤਾਂ ਤੁਹਾਡੇ ਵੱਲ ਵੇਖ ਕੇ ਜੁੜੋਗੇ। ਇੱਕ ਪਿਆਰ ਦਾ ਹਿੱਸਾ ਬਣਨਾ ਹੈ, ਅਸੀਂ ਸਾਰੇ ਨੂੰ ਏਕਤਾ ਦੇ ਵਿੱਚ ਪਰੋਣਾ ਹੈ, ਇੱਕ ਇਨਸਾਨੀਅਤ ਵੀ ਵੇਖਣੀ ਹੈ ਸਾਡੇ ਧਰਮ ਦੇ ਵਿੱਚ। ਸੋ ਜਿੱਥੇ ਜੋ ਗਲਤ ਕਰੇਗਾ ਅਤੇ ਉਹਦੇ ਖਿਲਾਫ਼ ਫਿਰ ਗਲਤ ਐਕਸ਼ਨ ਵੀ ਚੁੱਕੇ ਜਾਣਗੇ। ਇੱਥੇ ਇਹ ਨਹੀਂ ਕਿ ਤੂੰ ਆਹ ਕੀਤਾ ਅਤੇ ਅਸੀਂ ਫਿਰ ਚੁੱਪ ਰਹਿ ਗਏ। ਦੇਖੋ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ, ਜੇ ਨਾਲੇ ਵਾਲਾ ਸ਼ਾਇਦ ਕੇਸ ਨਾ ਹੁੰਦਾ, ਇਹ ਨਾ ਹੁੰਦਾ, ਤਾਂ ਸ਼ਾਇਦ ਅੱਜ ਇੱਥੋਂ ਤੱਕ ਵੀ ਗੱਲ ਨਾ ਪਹੁੰਚਦੀ। ਸੋ ਜੋ ਕਰੋਗੇ ਫਿਰ ਉਹਦਾ ਅੱਗੇ ਰਿਜ਼ਲਟ ਵੀ ਉਹੋ ਜਿਹਾ ਹੀ ਆਵੇਗਾ। ਸੋ ਗੱਲ ਸਿਰਫ ਇੱਕ ਕਮੈਂਟ 'ਤੇ ਸੀ ਅਤੇ ਅੱਜ ਉਹੀ ਕਮੈਂਟ ਸਰਬੱਤ ਖਾਲਸੇ ਤੱਕ ਗੱਲ ਪਹੁੰਚ ਗਈ ਕਿ ਇੱਕ ਬੰਦੇ ਨੇ ਕਮੈਂਟ ਕੀਤਾ ਸੀ, ਉਸ ਕਮੈਂਟ ਦੇ ਕਰਕੇ ਉਸ ਬੰਦੇ ਨੂੰ ਕੁੱਟਿਆ ਗਿਆ, ਉਸ ਬੰਦੇ ਨੇ ਰਿਪੋਰਟ ਜੇਲ੍ਹ 'ਚ ਥਾਣੇ 'ਚ ਲਿਖਾ ਦਿੱਤੀ, ਥਾਣੇ 'ਚ ਮਾਰੇ ਦਾ ਸਰੂਪ ਲੈ ਕੇ ਉੱਥੇ ਹਫੜਾ ਦਫੜੀ ਜੋ ਵੀ ਕਾਂਡ ਹੋਇਆ, ਉਸ ਤੋਂ ਬਾਅਦ ਪੁਲਿਸ ਨੇ ਹੁਣ ਇਹ ਐਕਸ਼ਨ ਲਿਆ, ਇਹ ਧਾਰਾਵਾਂ ਲਗਾਈਆਂ, ਅਤੇ ਕਿੱਥੋਂ ਦਾ ਕੇਸ ਅੱਜ ਸਰਬੱਤ ਖਾਲਸੇ 'ਤੇ ਆ ਕੇ ਟਿਕ ਗਿਆ ਕਿ ਹੁਣ ਆਹ ਇਕੱਠਾ ਹੋ ਅਤੇ ਅਸੀਂ ਆਹ ਕਰਨਾ ਹੈ। ਪਹਿਲਾਂ ਹੀ ਸੋਚ ਸਮਝਦਾਰੀ ਨਾਲ ਚੱਲੀਏ। ਸੋ ਬਹੁਤ ਵਧੀਆ ਭਾਈ ਸਾਹਿਬ ਜੀ ਦੀ ਵੀਡੀਓ, ਸਲਿਊਟ ਭਾਈ ਸਾਹਿਬ ਜੀ ਨੂੰ। ਆਪ ਜੀ ਦੱਸਣਾ ਆਪ ਜੀ ਨੂੰ ਵੀਡੀਓ ਕਿਵੇਂ ਦੀ ਲੱਗੀ, ਆਪ ਜੀ ਨੂੰ ਮੇਰਾ ਦਿੱਤਾ ਹੋਇਆ ਰਿਐਕਸ਼ਨ ਕਿਵੇਂ ਦਾ ਲੱਗਾ। ਬਾਕੀ ਭਾਈ ਸਾਹਿਬ ਜੀ ਦਾ ਵੀਡੀਓ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ, ਜ਼ਰੂਰ ਸਾਰੇ ਇਸ ਨੂੰ ਸੁਣੇ ਤੋਂ ਵੱਧ ਅੱਗੇ ਸ਼ੇਅਰ ਵੀ ਕਰਿਓ, ਅਤੇ ਇਹਨਾਂ ਦੀ ਨਵੀਂ ਸਵੇਰ ਦਾ ਜੋ ਨਵਾਂ ਸੁਨੇਹਾ ਇੱਕ ਵਾਰੀ ਸੁਣ ਲਓਗੇ ਅਤੇ ਸਾਰਾ ਦਿਨ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਿੱਖ ਜਾਓ। ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੇ ਹੋ, ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।